जय बाबा जितो दी पातो स्वर्ग लोक चो धरती ते जन्म लैण वाले वीर बाबा जितमल जी का इतिहास अज मैं सब भगतां नूं सुनाउण लगा हाँ। तां ये उम्मीद करदा हाँ कि बाबा जी की मेहर नाल सब भगतां नूं पसंद आऊगा। कहिंदे जुल्म दी तकड़ी जो तोड़ देवे उहनूं वीर कहिंदे ने, ते जिहड़ा हक पिछे खुद नूं मिटा देवे उहनूं शहीद कहिंदे ने। आओ अज उस शहीद नूं याद करके एक बार गज के बोलीए जयकारा बाबे जितमल जी दा। जाबे दरिदा जित मलेनू मजबूर कीता शहीद होने दे लई, मारी मारी कटारियां जो जख्मी होया इस जग तू जुल्म मिटो घर विच कणक परोण दे लई। जावे वीर सिंगा तेरा कोई ना रवे इस खूनी कणक नू खोण दे लई। बाबा जितो जी कटरे शहर के नेड़े एक छोटे जिहे पिंड
ਘਰ ਵਿੱਚ ਰਹਿੰਦੇ ਸੀ। ਭਗਤ ਘਰ ਪਿੰਡ ਵਿੱਚ ਪਾਣੀ ਦੀ ਥੋੜ ਕਰਕੇ ਪਿੰਡ ਦੇ ਲੋਕੀ ਬੜੇ ਦੁਖੀ ਰਹਿੰਦੇ ਸੀ, ਤਾਂ ਬਾਬਾ ਜੀ ਤੋਂ ਪਿੰਡ ਦੇ ਲੋਕਾਂ ਦਾ ਦੁੱਖ ਵੇਖਿਆ ਨਾ ਗਿਆ। ਇੱਕ ਦਿਨ ਮਾਂ ਵੈਸ਼ਨੋ ਦੇ ਦਰਬਾਰ ਜਾ ਕੇ ਕਹਿਣ ਲੱਗੇ, ਹੇ ਮਾਂ, ਮੇਰੇ ਘਰ ਪਿੰਡ ਵਿੱਚ ਪਾਣੀ ਹੋਣਾ ਚਾਹੀਦਾ ਤੇ ਨਾਲ ਮੇਰੇ ਘਰ ਵਿੱਚ ਇੱਕ ਛੋਟੀ ਜਿਹੀ ਕੰਨਿਆ ਹੋਣੀ ਚਾਹੀਦੀ। ਤੇ ਮਾਤਾ ਵੈਸ਼ਨੋ ਨੇ ਕਿਹਾ, ਹੇ ਜਿੱਤੋ, ਜਾ, ਤੇਰੀ ਹਰ ਮੰਗ ਪੂਰੀ ਹੋ ਜੂ। ਭਗਤੋ, ਮਾਤਾ ਵੈਸ਼ਨੋ ਤੋਂ ਵਰ ਪਾ ਕੇ ਜਦੋਂ ਬਾਬਾ ਜਿੱਤੋ ਜੀ ਮੁੜ ਕੇ ਘਰ ਪਿੰਡ ਆਉਂਦੇ ਨੇ ਤਾਂ ਕੀ ਵੇਖਦੇ? ਘਰ ਪਿੰਡ ਵਿੱਚ ਪਾਣੀ ਦੇ ਨਾੜੂਏ ਵਗਦੇ ਪਏ ਸੀ। ਬਾਬਾ ਜੀ ਨੇ ਆਪਣੀ ਪਗੜੀ ਖੋਲ੍ਹ ਧਰਤੀ 'ਤੇ ਰੱਖੀ ਅਤੇ ਨਾੜੂਏ ਦੇ ਠੰਡੇ ਪਾਣੀ ਵਿੱਚ ਇਸ਼ਨਾਨ ਕੀਤਾ ਅਤੇ ਮੁੜ ਕੇ ਜਦ ਪਗੜੀ ਵੱਲ ਵੇਖਿਆ ਤਾਂ ਕੀ ਵੇਖਦੇ? ਪਗੜੀ ਵਿੱਚ ਇੱਕ ਛੋਟੀ ਜਿਹੀ ਕੰਨਿਆ ਬੈਠੀ ਸੀ। ਬਾਬਾ ਜੀ ਮਾਤਾ ਵੈਸ਼ਨੋ ਦੀ ਮਾਇਆ ਸਮਝ ਗਏ ਤੇ ਕਹਿਣ ਲੱਗੇ, ਖੁਸ਼ੀਆਂ ਦੇ ਫੁੱਲ ਜਿਹੜੇ ਵਗਦੇ
ਭਗਤ ਘਰ ਪਿੰਡ ਦੀ ਗਲੀਆਂ ਦੇ ਵਿੱਚ ਬੂਆ ਕੌੜੀ ਨੂੰ ਖੇਡਦੇ ਵੇਖ ਪਿੰਡ ਦੇ ਲੋਕੀ ਕਹਿੰਦੇ ਖਿਡੌਣਿਆਂ ਦੇ ਨਾਲ ਖੇਡਦੀ ਬੂਆ ਕਿੰਨੀ ਪਿਆਰੀ ਲੱਗਦੀ ਹੈ। ਪਰ ਕੌਣ ਜਾਣਦਾ ਸੀ ਘਰ ਦੀਆਂ ਗਲੀਆਂ ਵਿੱਚ ਖੇਡਣ ਵਾਲੀ ਬੂਆ ਜੱਗ ਨੂੰ ਖਿਡਾਉਣ ਵਾਲੀ ਮਾਤਾ ਵੈਸ਼ਨੋ ਦਾ ਰੂਪ। ਦੇਖਦੇ ਨੇ ਲੋਕੀ ਬੂਆ ਖੇਡਦੀ ਉਹ ਤਾਂ ਖੇਡ ਰਹੀ ਜੱਗ ਨੂੰ ਖਿਡਾਰੀ।
भगत कहिंदे जदों होनी चक्करां च पाउंदी ए ते बंदे दी सुध बुध भी मारी जाउंदी ए। बुआ कौड़ी नूं बेहोश वेख के बाबा जी नूं भी समझ नहीं आ रहा सी कि हुण की कीता जावे। घबराए होए बाबा जी बुआ कौड़ी नूं चुक के चाची जोजां दे घर जाके कहण लगे, चाची वेख मेरी धी नूं की हो गया है। ते भगत जोजां कहिंदी ए, दस जीतो किता तेनू आ गया, किता तेनू जोजा दे द्वार दा, सत जे तू पट के ओ मंडी नू, जेड़ी मंडी ते तू रन कुक्का मार दा, दस जीतो किता तेनू आ गया, किता तेनू जोजा दे द्वार दा, सत जे तू पट के ओ मंडी नू, जेड़ी मंडी ते तू रन कुक्का मार दा। ਕਹਿੰਦੇ ਜਿਸ ਬੰਦੇ ਦੇ ਅੰਦਰ ਹੰਕਾਰ ਹੋਵੇ ਉਹ ਕਦੀ ਕਿਸੇ ਦਾ ਭਲਾ ਨਹੀਂ ਸੋਚਦਾ। ਚਾਚੀ ਜੋਜਾਂ ਦੇ ਮਨ ਵਿੱਚ ਵੀ ਆਪਣੇ ਸੱਤ ਪੁੱਤ ਹੋਣ ਦਾ ਹੰਕਾਰ ਸੀ, ਇਸ ਕਰਕੇ ਉਹ ਰਾਜਾ ਮੰਡਲੀਕ ਦੀ ਸ਼ਕਤੀ ਨੂੰ ਪਛਾਣਨ ਵਿੱਚ ਭੁੱਲ ਕਰ ਬੈਠੀ। ਪਰ ਜਦੋਂ ਰਾਜਾ ਮੰਡਲੀਕ ਦੇ ਝੁੰਡਿਆਂ ਦੀ ਮਾਰ ਲੱਗੀ ਤਾਂ ਫਿਰ ਉਹਦੀ ਹੋਸ਼ ਕੁਝ ਠਿਕਾਣੇ ਆਈ, ਪਰ ਆਪਣੇ ਅੰਦਰ ਦੇ ਹੰਕਾਰ ਨੂੰ ਉਹ ਮਿਟਾ ਨਾ ਸਕੀ। ਅਤੇ ਕਹਿੰਦੀ ਹੈ, ਮਾਰੀ ਜੋਜਾ ਰੋਂਦੀ,
ਚਾਚੀ ਜੋਜਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਬਾਬਾ ਜਿੱਤੋ ਨੇ ਜ਼ਮੀਨ ਦੀ ਲੜਾਈ ਮੁਕਾਉਣ ਤਾਹੀਂ ਆਪਣੇ ਘਰ ਵਿੱਚ ਪੰਚਾਇਤ ਬੁਲਾਈ, ਪਰ ਜੋਜਾਂ ਦੇ ਡਰ ਤੋਂ ਪੰਚਾਂ ਨੇ ਵੀ ਫੈਸਲਾ ਜੋਜਾਂ ਦੇ ਹੱਕ ਵਿੱਚ ਕਰਤਾ। ਭਗਤ, ਸਿਆਣੇ ਕਹਿੰਦੇ ਨੇ ਕਿ ਜਿਹੜਾ ਥਾਂ ਨੀਵਾਂ ਹੋਵੇ ਉੱਥੇ ਪਾਣੀ ਛੇਤੀ ਇਕੱਠਾ ਹੁੰਦਾ ਹੈ, ਤਾਂ ਇਸ ਕਰਕੇ ਬਾਬਾ ਜੀ ਨੇ ਘਰ ਪਿੰਡ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਅਤੇ ਬੂਆ ਕੌੜੀ ਨੂੰ ਕਹਿਣ ਲੱਗੇ, ਸਾਡਾ ਚੱਲ ਮੇਰੀ ਧੀਏ ਹੋ ਤਿਆਰ ਨੀ, ਕਿੱਦਾਂ
मजबूरी नी बाबा जित्तो जी घर पिंड छड़ के अपने मित्र रुलो लुहार दे कर सामे चक चले गए ते उथे रुलो लुहार दी घर वाली उन्हूं ताना मार के की कहंदी है तीर जोड़ी वाले
ਜਾਂਦਾ ਤੂੰ ਦੀਵਾਂ ਵਿੱਚ ਮਾਸ ਮੈਂ ਰਲਾਣੀ ਮਾਰ ਕੇ ਕਟਾਰ ਸੀਰ ਦਿੱਤਾ ਸੀ ਕਣਕ ਚ ਲਹੂ ਨੂੰ ਮਿਲਾਣੀ ਸੁੱਕੀ ਕਣਕ ਤੁਹਾਨੂੰ ਖਾਣਾ ਤੂੰ ਦੀਵਾਂ ਵਿੱਚ ਮਾਸ ਮੈਂ ਰਲਾਣੀ ਮਾਰ ਕੇ ਕਟਾਰ ਸੀਰ ਦਿੱਤਾ ਸੀ ਕਣਕ ਚ ਲਹੂ ਨੂੰ ਭਗਤ ਬਾਬਾ ਜਿੱਤੋ ਨੇ ਆਪਣੇ ਹੱਕ ਤਾਂ ਹੀ ਕੁਰਬਾਨੀ ਦੇ ਕੇ ਇਹ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਜੇ ਗੁਣਾ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਗੁਣਾ ਹੈ। ਇਸ ਕਰਕੇ ਜੇ ਕਦੀ ਜ਼ੁਲਮ ਦੇ ਅੱਗੇ ਸਿਰ ਨੂੰ ਝੁਕਾਉਣ ਦਾ ਵੇਲਾ ਆ ਜਾਵੇ ਤਾਂ ਉਸ ਨਾਲੋਂ ਚੰਗਾ ਸਿਰ ਨੂੰ ਕਟਾ ਦੇਣਾ ਹੁੰਦਾ ਹੈ। ਭਗਤ ਬਾਬਾ ਜਿੱਤੋ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਜਦ ਬੂਆ ਕੌੜੀ ਨੂੰ ਪਤਾ ਲੱਗਦਾ ਹੈ ਕਿ ਬਾਬਾ ਜੀ ਸ਼ਹੀਦ ਹੋ ਗਏ ਨੇ ਤਾਂ ਉਹ ਰੋਂਦੀ ਕਰਲਾਉਂਦੀ ਆਪਣੇ ਬਾਪੂ ਨੂੰ ਬਾਜਾਂ ਮਾਰਦੀ ਹੈ ਅਤੇ ਇਸੋ ਭਗਤ ਬੂਆ ਨੂੰ ਕਹਿੰਦੇ ਨੇ ਧੀਏ ਤੇਰੇ ਬਾਪੂ ਸ਼ਹੀਦ ਹੋ ਗਏ ਨੇ ਤਾਂ ਉਹਨਾਂ ਦੀ ਲਾਸ਼ ਨੂੰ ਜਲਾਉਣ ਤਾਂ ਹੀ ਅੱਗ ਦੀ ਲੋੜ ਹੈ। ਭਗਤ ਜਿਸ ਸਥਾਨ 'ਤੇ ਬਾਬਾ ਜੀ ਸ਼ਹੀਦ ਹੋਏ ਸੀ ਅੱਜ ਉੱਥੇ ਹਰ ਸਾਲ ਮੇਲਾ ਲੱਗਦਾ ਹੈ ਅਤੇ ਜਿਨ੍ਹਾਂ ਜਿਨ੍ਹਾਂ ਨੇ ਬਾਬਾ ਜੀ ਦੀ ਕਣਕ ਦਾ ਦਾਣਾ ਖਾਧਾ ਸੀ ਅੱਜ ਉਹ ਭਗਤ ਬਾਬਾ ਜੀ ਦੇ ਦਰਬਾਰ ਸਿਰ ਨੂੰ ਹਿਲਾਉਂਦੇ ਹਾਜ਼ਰੀ ਲਗਾਉਣ ਆਉਂਦੇ ਨੇ ਅਤੇ ਬਾਬਾ ਜੀ ਉਹਨਾਂ 'ਤੇ ਮੇਰਾਂ ਦਾ ਮੀਂਹ ਬਰਸਾਉਂਦੇ ਨੇ।